ਅੱਜ ਜੀ ਬੜੀ ਚੰਗੀ ਖਬਰ ਤਾਂ ਸੀ ਪਰ ਮਾੜੀ ਵੀ ਹੋਈ। ਚੰਗੀ ਇਹ ਸੀ ਕਿ ਵੀਜ਼ਾ ਅਪਲਾਈ ਕੀਤਾ ਆਂਟੀ ਹੋਣਾ ਦਾ, ਚਲੋ ਆ ਜਾਏਗਾ। ਮਾੜੀ ਖਬਰ ਇਹ ਵੀ ਸਾਡਾ ਮੋਟਰਸਾਈਕਲ ਚੋਰੀ ਹੋ ਗਿਆ। ਮੋਟਰਸਾਈਕਲ ਚੋਰੀ ਹੋਇਆ ਮੋਹਾਲੀ ਕੋਰਟ ਦੇ ਬਾਹਰੋਂ, ਸਪਲੈਂਡਰ ਪ੍ਰੋ ਮੋਟਰਸਾਈਕਲ ਸੀ ਅਤੇ ਹੁਣ ਚੱਲਿਆ ਰਿਪੋਰਟ ਲਿਖਾਉਣ। ਅਤੇ ਆਂਟੀ ਹੁਣੇ ਹੁਣੇ ਗਏ ਨੇ, ਕੱਲ੍ਹ ਦੇ ਵਲੋਗ ਇਸ ਤੁਸੀਂ ਦੇਖਿਆ ਸੀ ਅਤੇ ਹੁਣੇ ਆਂਟੀ ਹੁਣੀ ਗਏ ਨੇ ਲੰਘ ਕੇ। ਜਿਹੜਾ ਮੋਟਰਸਾਈਕਲ ਚੋਰੀ ਹੋ ਗਿਆ ਉਹ ਮੋਹਾਲੀ ਕੋਰਟ ਦੇ ਬਾਹਰੋਂ ਹੋਇਆ, ਵੱਡਾ ਵੀਰਾ ਆਇਆ ਹੋਇਆ ਸੀ ਇੱਥੇ ਅਤੇ ਉਹਦਾ ਹੁਣੀ ਫੋਨ ਆਇਆ, ਕਹਿੰਦਾ ਯਾਰ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ। ਅਤੇ ਮੈਂ ਤੁਹਾਨੂੰ ਕਿਹਾ ਚੱਲੇ ਹਾਂ ਆਪਣੇ ਡਾਕੂਮੈਂਟਸ ਲੈ ਕੇ, ਕਿਉਂਕਿ ਉੱਥੇ ਰਿਪੋਰਟ ਲਿਖਾਉਣੀ ਹੈ। ਅਤੇ ਵੀਰੇ ਉਹ ਸਾਰੇ ਮੋਟਰਸਾਈਕਲ ਦੇ ਜਿਹੜੇ ਕਾਗਜ਼ ਕੁਗਜ਼ ਸੀ ਮੋਟਰਸਾਈਕਲ ਦੇ ਵਿੱਚ ਹੀ ਸੀ, ਦੇਖਦੇ ਹਾਂ ਕਿਉਂਕਿ ਵੀਰੇ ਕੋਲ ਕੋਈ ਵਹੀਕਲ ਵੀ ਹੈ ਨੀਗਾ, ਕੁਛ ਵੀ ਇੱਥੇ ਇੱਦਾਂ ਹੀ ਹੈ। ਅਤੇ ਆਪਾਂ ਜਾਂਦੇ ਹਾਂ, ਦੇਖਦੇ ਹਾਂ ਕੀ ਹਿਸਾਬ ਕਿਤਾਬ, ਕਿੱਥੋਂ ਚੋਰੀ ਹੋਇਆ, ਕੋਈ CCTV ਫੁਟੇਜ ਦਿਖ ਜੇ, ਕੋਈ ਕੈਮਰਾ ਕਿਤੇ ਦਾ ਲੱਗਿਆ ਹੋਵੇ ਅਤੇ ਥਾਣੇ 'ਚ ਇਤਲਾਹ ਦੇ ਦਿੰਦੇ ਹਾਂ, ਰਿਪੋਰਟ ਵੀ ਲਿਖਾ ਦਿੰਦੇ ਹਾਂ। ਕਿਉਂਕਿ ਮਿਲਣਾ ਤਾਂ ਹੈ ਨਹੀਂ, ਇਹ ਤਾਂ ਸ਼ੋਰ ਹੈ ਮੈਨੂੰ ਨਹੀਂ ਮਿਲਣਾ। ਜੇ CCTV 'ਚ ਦਿਖ ਗਿਆ ਫਿਰ ਤਾਂ ਮਿਲ ਜਾਏਗਾ, ਉੱਦਾਂ ਨਹੀਂ ਮਿਲਣਾ। ਲੇਕਿਨ ਰਿਪੋਰਟ ਲਿਖਾਉਣੀ ਜ਼ਰੂਰੀ ਹੈ ਤਾਂ ਕਿ ਕੋਈ ਵਾਰਦਾਤ ਹੋਏ ਤਾਂ ਸਾਡਾ ਨਾਮ ਨਾ ਆਵੇ ਕਿ ਨਹੀਂ। ਤੁਹਾਨੂੰ ਮੈਂ ਤਾਂ ਕਿਹਨੂੰ ਚੱਲਿਆ ਜੀ, ਪਹਿਲਾਂ ਗੱਡੀ 'ਤੇ ਫਟਾਫਟ ਚੱਲਿਆ, ਉਸ ਏਰੀਏ ਦੇ CCTV ਫੁਟੇਜ ਵੀ ਦੇਖ ਲਾਂਗੇ ਆਪਣੇ ਵੱਲੋਂ ਵੀ। ਬੜਾ ਮਾੜਾ ਹੋਇਆ ਜੀ ਯਾਰ, ਮੋਟਰਸਾਈਕਲ ਚੋਰੀ ਹੋ ਗਿਆ। ਵੱਡੇ ਵੀਰੇ ਨੂੰ ਮੈਂ ਕਹਿਤਾ, ਮੈਂ ਵੀਰੇ ਤੁਸੀਂ ਜਾਓ ਅਤੇ ਸਾਨੂੰ ਖੜ੍ਹੇ ਰਹਿਣਾ ਉੱਥੇ, ਵੀਰਾ ਖੜ੍ਹਾ ਹੀ ਹੋਇਆ ਸੀ ਉੱਥੇ ਇਕੱਲਾ ਹੀ ਅਤੇ ਉਹ ਕੋਈ ਕੰਮ ਆਇਆ ਸੀ। ਵੀਰੇ ਨੇ ਮੈਨੂੰ ਦੱਸਿਆ ਵੀ ਨਹੀਂ ਵੀ ਹੈ ਨਾ ਵੀਰੇ ਵੀ ਇੱਥੇ ਆਏ ਨੇ, ਅਤੇ ਪਹਿਲਾਂ ਰਾਜਪੁਰੇ ਆਏ ਹੋਏ ਸੀ ਕੋਈ ਕੰਮ, ਰਾਜਪੁਰੇ ਤੋਂ ਨਾਲ ਹੀ ਫਿਰ ਮੋਹਾਲੀ ਪੈ ਜਾਂਦਾ। ਕਹਿੰਦਾ ਮੋਹਾਲੀ ਤੱਕ ਆ ਗਿਆ ਯਾਰ ਮੈਂ, ਕੰਮ ਇੱਥੇ ਕਚਹਿਰੀਆਂ ਦੇ ਅੰਦਰ ਕੋਈ ਕੰਮ ਸੀ, ਵੀਰੇ ਆਪਣੇ ਦੋਸਤ ਨਾਲ ਆਇਆ ਸੀ ਕਿਸੇ, ਅਤੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ, ਉਹ ਬਾਹਰੋਂ ਚੱਕ ਕੇ ਲੈ ਗਿਆ, ਦੋਸਤ ਚਲਾ ਗਿਆ ਸੀ। ਹੁਣ ਫਿਰ ਮੈਂ ਕਿਹਾ ਵੀਰੇ ਤੁਸੀਂ ਬੱਸ ਚੜ੍ਹ ਕੇ ਜਾਓ ਘਰ, ਮੈਂ ਆਪੇ ਕਰ ਲੈਂਦਾ ਜੋ ਅਗਲੀ ਕਾਰਵਾਈ ਹੈ, ਅਤੇ ਹੁਣ ਦੇਖਦੇ ਹਾਂ ਕੀ ਬਣਦਾ ਕੀ ਨਹੀਂ। ਪਹਿਲਾਂ ਜਾ ਕੇ ਥਾਣੇ, ਪਹਿਲਾਂ ਥਾਣੇ ਚੱਲੀ ਕਿਰਨਗੇ, ਪਹਿਲਾਂ ਉਸ ਏਰੀਏ 'ਚ ਜਾ ਕੇ ਦੇਖੀਏ, ਥੋੜ੍ਹਾ ਜਿਹਾ ਮੁਆਇਨਾ ਕਰ ਲਈਏ, ਕਿਉਂਕਿ ਵੀਰੇ ਕੋਲ ਤਾਂ ਗੱਡੀ ਹੈ ਨਹੀਂ ਸੀ ਨਾ ਕੋਈ ਵਹੀਕਲ ਸੀ, ਉਹ ਤੁਰ ਫਿਰ ਵੀ ਨਹੀਂ ਸਕਿਆ ਉਸ ਏਰੀਏ ਦੇ ਵਿੱਚ। ਆਪਾਂ ਜਾ ਕੇ ਥੋੜ੍ਹਾ ਤੁਰ ਫਿਰ ਲੈਂਦੇ ਹਾਂ ਨਾ, ਦੇਖ ਲੈਂਦੇ ਹਾਂ ਵੀ ਕਿੱਥੇ CCTV ਲੱਗੇ ਹੋਏ ਨੇ, ਕਿੱਥੇ ਨਹੀਂ ਲੱਗੇ ਹੋਏ, ਉਸ ਅਕੋਰਡਿੰਗ ਆਪਾਂ ਰਿਕੁਐਸਟ ਕਰ ਲਾਂਗੇ ਜਿੱਥੇ CCTV ਲੱਗੇ ਹੋਏ ਨੇ, ਉਹ ਟਾਈਮਿੰਗ ਦੀ ਫੁਟੇਜ ਨੋਟ ਕਰ ਲਾਂਗੇ ਨਾ, ਅਤੇ ਨਾਲ ਹੀ ਆਪਾਂ ਪੁਲਿਸ ਨੂੰ ਵੀ ਦੱਸ ਸਕਦੇ ਹਾਂ, ਜੋ ਵੀ ਫਿਰ ਹੋਣਗੇ ਮੌਕੇ ਦੇ ਮੁਲਾਜ਼ਮ ਉਹ ਚੈੱਕ ਕਰ ਸਕਦੇ ਆ ਉਸ ਏਰੀਏ ਦੇ ਵਿੱਚ ਫੁਟੇਜ ਦੇਖਣ ਵਾਸਤੇ। ਕਈ ਵਾਰੀ ਹੁੰਦੇ ਨੇ ਵੀ ਸਾਨੂੰ ਸ਼ਾਇਦ ਨਾ ਦਿਖਾਉਣ ਫੁਟੇਜ, ਜਿਨ੍ਹਾਂ ਦੇ ਜਿਹੜੇ ਓਨਰ ਹੋਣਗੇ, ਲੇਕਿਨ ਆਪਾਂ ਦਿਮਾਗ ਲਗਾ ਕੇ ਦੇਖ ਸਕਦੇ ਹਾਂ। ਅਮਲੀ ਉਮਲੀ ਜਿਹੇ ਹੁੰਦੇ ਨੇ ਯਾਰ ਜਿਹੜੇ ਚੱਕ ਕੇ ਲੈ ਜਾਂਦੇ ਨੇ, ਬਹੁਤ ਜ਼ਿਆਦਾ ਯਾਰ ਬੇਰੁਜ਼ਗਾਰੀ ਵਧੀ ਜਾਵੇ, ਲੋਕ ਚਲੋ ਚੱਕੋ ਇਹ ਵੋ, ਇਸੇ ਕਰਕੇ ਯਾਰ ਇੰਸ਼ੋਰੈਂਸ ਵੀ ਗੱਡੀ ਦੀ ਨਾ, ਉਹਦੀ ਮੋਟਰਸਾਈਕਲ ਦੀ ਥਰਡ ਪਾਰਟੀ ਸੀ, ਫੁੱਲ ਵੀ ਨਹੀਂ ਸੀ। ਚੈਨੀ ਖੋ ਲਈ, ਕਿਸੇ ਦਾ ਪਰਸ ਖੋ ਲਿਆ, ਕੋਈ ਵਾਰਦਾਤ ਕਰਤੀ, ਹਨਾ, ਇਹੋ ਜਿਹੇ ਮਤਲਬ ਚੋਰੀ ਦੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ ਕ੍ਰਾਈਮ ਦੇ ਵਿੱਚ ਜ਼ਿਆਦਾਤਰ। ਸੋ ਇਸ ਕਰਕੇ ਸਭ ਤੋਂ ਪਹਿਲੇ ਨੰਬਰ 'ਤੇ ਰਿਪੋਰਟ ਲਿਖਾਉਂਦੇ ਹਾਂ, ਰੱਬ ਕਰੇ ਮਿਲ ਜੇ ਵੈਸੇ, ਕਿਉਂਕਿ ਆਪਾਂ ਕਿਸੇ ਦਾ ਮਾੜਾ ਤਾਂ ਕਰਦੇ ਨਹੀਂ, ਸਰਦਾ ਕਿਉਂ ਮਾੜਾ ਹੋਏਗਾ। ਉਹ ਜਿਵੇਂ ਬੱਤੀਆਂ ਦੇ ਉੱਪਰ ਲੱਗੇ ਹੋਣੇ ਨਾ ਕੈਮਰੇ ਕਿਰਨ, ਉਹ ਕਿਸੇ ਨਾ ਕਿਸੇ ਬੱਤੀਆਂ ਤੋਂ ਤਾਂ ਕ੍ਰੋਸ ਕੀਤਾ ਹੀ ਹੋਣਾ ਨਾ ਬੰਦਾ, ਕੀਤਾ ਹੋਏਗਾ ਪੱਕਾ 100%। ਅਤੇ ਆਪਾਂ ਨਾ ਬੱਤੀਆਂ ਵੱਲ ਵੀ ਦੇਖ ਲੈਣਾ, ਇਹ ਹੈਗੀਆਂ ਆਪਣੀਆਂ ਬੱਤੀਆਂ, ਇੱਕ ਤਾਂ ਇੱਥੋਂ ਆ ਸਕਦਾ ਬੰਦਾ, ਇੱਕ ਸੋਹਾਣਾ ਸਾਹਿਬ ਦੀਆਂ ਬੱਤੀਆਂ ਹੈਗੀਆਂ ਨੇ, ਉੱਥੇ ਵੀ ਉਹ ਕੈਮਰੇ ਲੱਗੇ ਨੇ। ਉਹ ਜਿਹੜਾ ਸਾਹਮਣੇ ਚੌਂਕ ਹੈ, ਕਿਹੜਾ ਚੌਂਕ ਹੈ ਉਹ, ਗੋਦਰੇ ਚੌਂਕ, ਉੱਥੇ ਵੀ ਬੱਤੀਆਂ ਉਹ ਲੱਗੇ ਹੋਏ ਨੇ ਕੈਮਰੇ। ਇੱਥੇ ਕੋਈ ਹੈ ਸੀ, ਇਹ ਮੋੜ ਹੈ ਜੀ 91 ਸੈਕਟਰ ਵਾਲੀ, ਇੱਥੇ ਕੰਪਨੀਆਂ ਆਫਿਸ ਵਗੈਰਾ ਬਹੁਤ ਨੇ। ਰਸਤੇ 'ਚ ਨਿਗਾਹ ਵੀ ਮਾਰਦਾ ਜਾਵਾਂ, ਰਸਤੇ 'ਚ ਨਾ ਕੋਈ ਖੜਾ ਹੋਵੇ ਲੈ ਕੇ, ਹਨਾ। ਇੱਧਰ ਅਜੀਤ ਸਮਾਚਾਰ ਹੈ ਕਿਰਨ, ਇੱਥੇ CCTV ਫੁਟੇਜ ਪਤਾ ਨਹੀਂ ਹੈ ਕਿ ਨਹੀਂ ਹੈ, ਲੇਕਿਨ ਆਹ ਛੋਟੀਆਂ ਜਿਹੀਆਂ ਲਾਈਟਾਂ ਨੇ ਯਾਰ, ਇੱਧਰ ਹੈਗਾ CCTV, ਉੱਧਰ ਲਾਈਟਾਂ, ਉੱਥੋਂ ਮੁੜ ਕੇ ਨੇ। ਇਹ ਹੈਗਾ ਜੀ ਗੋਦਰੇ ਚੌਂਕ, ਇੱਥੇ ਤਾਂ ਕੈਮਰੇ ਹੋਣੇ ਚਾਹੀਦੇ ਨੇ ਮੈਨੂੰ ਜਿਸ ਤੱਕ ਲੱਗਦਾ, ਹੋਣਗੇ ਕੈਮਰੇ, ਕਿਉਂਕਿ ਗੋਦਰੇ ਚੌਂਕ ਬਹੁਤ ਵੱਡਾ ਚੌਂਕ ਹੈ। ਆ ਗਏ ਜੀ ਕਚਹਿਰੀਆਂ ਦੇ ਬਾਹਰ, ਇੱਥੇ ਦੇਖਦੇ ਹਾਂ ਕਿਉਂਕਿ ਉੱਧਰਲੀ ਸਾਈਡ ਤੋਂ ਚੋਰੀ ਹੋਇਆ। ਇਹ ਕਚਹਿਰੀਆਂ ਨੇ ਮੋਹਾਲੀ ਦੀਆਂ, ਕਿਤੇ CCTV ਫੁਟੇਜ ਉਹ ਘਰ ਦੇ ਸਾਹਮਣੇ ਹੈਗੀ ਇੱਕ, ਮੈਂ ਉਹ ਦੇਖਦਾ। ਕਿੱਥੇ ਲੱਗਾ ਸੀ ਕੈਮਰਾ, ਕਿੱਥੇ ਸੀ ਲੱਗਾ ਸੀ, ਗੇਟ ਦੇ ਉੱਪਰ ਲੱਗਿਆ ਨਾ, ਸਰਕਾਰੀ ਜਗ੍ਹਾ ਮੈਨੂੰ ਲੱਗਦਾ ਕੋਈ, ਇਹ ਉਹ ਲੱਗਾ, ਇਹ ਲੱਗਾ ਕੈਮਰਾ। ਮੇਰੇ ਪ੍ਰੂਫ ਦੇ ਤੌਰ 'ਤੇ ਆਪਾਂ ਇੱਥੇ ਕਰ ਸਕਦੇ ਹਾਂ ਜੇ ਬੰਦਾ ਇੱਧਰੋਂ ਲੰਘਿਆ ਚੋਰੀ ਕਰਕੇ। ਇਸ ਜਗ੍ਹਾ 'ਤੇ ਖੜ੍ਹਾ ਸੀ ਮੋਟਰਸਾਈਕਲ ਐਗਜੈਕਟਲੀ, ਅਤੇ ਉਹ ਸਾਹਮਣੇ ਕੈਮਰਾ ਲੱਗਿਆ। ਨਹੀਂ ਜੇ ਇੱਧਰ ਗਿਆ ਤਾਂ ਇੱਧਰ ਵੀ ਆ ਜਾਏਗਾ, ਉਹ ਇੱਧਰ ਗਿਆ ਤਾਂ ਫਿਰ ਅੱਗੋਂ ਕੈਮਰਿਆਂ 'ਚ ਪਤਾ ਲੱਗੇਗਾ। ਇਹ ਕਚਹਿਰੀਆਂ ਨੇ,
ਆਇਆ ਕੋਈ ਇਹ ਘਰ ਵਾਲਿਆਂ ਨੂੰ ਪੁੱਛਦੇ ਆ ਮੈਡਮ ਆ ਰਹੇ ਆ ਕੋਈ ਇੱਧਰ ਦੀ ਸੜਕ ਤੋਂ ਲੰਘ ਗਿਆ ਹੋਵੇ ਪਤਾ ਵੀ ਇੱਧਰ ਕੋਈ ਸੀਸੀਟੀਵੀ ਨਹੀਂ ਹੋਣਗੇ ਜਾਂ ਕੋਠੀਆਂ ਦੇ ਵਿੱਚ ਹੋਣਗੇ ਆਪਾਂ ਕਿੰਨੀਆਂ ਇਹ ਬੜਾ ਬਹੁਤ ਹਾਈ ਪ੍ਰੋਫਾਈਲ ਕੇਸ ਹੈ ਵੀ ਜਿਹੜਾ ਪੁਲਿਸ ਜਾ ਕੇ ਇਕੱਲੀ ਇਕੱਲੀ ਕੋਠੀਆਂ ਖੰਘਾਲੇਗੀ ਸੀਸੀਟੀਵੀ ਚੈੱਕ ਕਰੇਗੀ ਅਸੀਂ ਹੁਣੀ ਨਾ ਜਿਹੜੇ ਉੱਥੇ ਘਰ ਦੇ ਵਿੱਚ ਜਾ ਕੇ ਆਏ ਹਾਂ ਉਹਨਾਂ ਦੀ ਸੀਸੀਟੀਵੀ ਲੱਗੀ ਹੋਈ ਸੀ ਪਰ ਉਹ ਜਿਹੜੇ ਜਿਨ੍ਹਾਂ ਦਾ ਘਰ ਸੀ ਉਹ ਸਰ ਨੇ ਬੜੇ ਵਧੀਆ ਤਰੀਕੇ ਨਾਲ ਦਿਖਾਈ ਫੁਟੇਜ ਵੀ ਦਿਖਾਈ ਪਰ ਉਹ ਜ਼ੂਮ ਕਰਕੇ ਕਿਉਂਕਿ ਦੂਰ ਸੀ ਕੈਫੇ ਕੈਮਰਾ ਜ਼ੂਮ ਕਰਕੇ ਉਹ ਪਤਾ ਨਹੀਂ ਲੱਗ ਰਿਹਾ ਸੀ ਕਿ ਚਮ ਚਮ ਮਚਾ ਹੁਣ ਡੇਢ ਘੰਟਾ ਲਗਾਤਾਰ ਉੱਥੇ ਬੈਠ ਕੇ ਉਹ ਫੁਟੇਜ ਦੇਖਣੀ ਵੈਲਿਡ ਜਿਹਾ ਨਹੀਂ ਲੱਗ ਰਿਹਾ ਸੀ ਕਿਉਂਕਿ ਕਾਫੀ ਜ਼ਿਆਦਾ ਕੀਚਾ ਮੇਚਾ ਜਿਹਾ ਮਚਾ ਜ਼ੂਮ ਕਰਕੇ ਪਤਾ ਨਹੀਂ ਲੱਗ ਰਿਹਾ ਸੀ ਕੁਛ ਜੇ ਪਤਾ ਲੱਗ ਵੀ ਜਾਂਦਾ ਕੋਈ ਲੈ ਕੇ ਜਾ ਰਿਹਾ ਵੱਧ ਤੋਂ ਵੱਧ ਸਾਨੂੰ ਇਹ ਪਤਾ ਲੱਗਣਾ ਸੀ ਡੇਢ ਘੰਟੇ ਦੇ ਵਿੱਚ ਕਿਉਂਕਿ ਕਾਫੀ ਗੱਡੀਆਂ ਵੀ ਉਹਦੇ ਅੱਗੇ ਖੜੀਆਂ ਸੀ ਲੱਗਦਾ ਤਾਂ ਇਹ ਡਾਇਰੈਕਸ਼ਨ ਪਤਾ ਲੱਗ ਸਕਦੀ ਸੀ ਕੌਣ ਹੈ ਕੌਣ ਦਾ ਪਤਾ ਨਹੀਂ ਲੱਗ ਸਕਦਾ ਸੀ ਨਾਲੇ ਇਹ ਵੀ ਨਹੀਂ ਪਤਾ ਲੱਗ ਸਕਦਾ ਸੀ ਸਾਡਾ ਮੋਟਰਸਾਈਕਲ ਲੈ ਕੇ ਜਾ ਰਿਹਾ ਕਿ ਨਹੀਂ ਬਾਕੀ ਇੱਥੇ ਦੇਖਦੇ ਹਾਂ ਇਸ ਜਗ੍ਹਾ ਦੇ ਉੱਪਰ ਕੈਮਰੇ ਲੱਗੇ ਨੇ ਕਿ ਨਹੀਂ ਲੱਗੇ ਇਹ ਵਾਲੀ ਜਿਹੜੀ ਉਹ ਹੈ ਲਾਈਟਾਂ ਹੁਣ ਸਾਰਾ ਕੁਛ ਦੇਖ ਲਿਆ ਆਪਣੇ ਵੱਲੋਂ ਜੋ ਤਹਿਕੀਕਾਤ ਕਰਨੀ ਸੀ ਕਰ ਲਈ ਹੁਣ ਜਾ ਕੇ ਪਹਿਲਾਂ ਰਿਪੋਰਟ ਲਿਖਾ ਦਈਏ ਅਤੇ ਉਹਨਾਂ ਨੂੰ ਦੱਸ ਦੇਣਾ ਵੀ ਇੱਥੇ ਦੇ ਕੈਮਰੇ ਤੁਸੀਂ ਚੈੱਕ ਕਰ ਲਿਓ ਅਤੇ ਕਿਸਮਤ 'ਚ ਹੋਈ ਤਾਂ ਮਿਲ ਜਾਏਗੀ ਨਹੀਂ ਤਾਂ ਆਪਾਂ ਕਿਸੇ ਜਿਵੇਂ ਕਿਸੇ ਦਾ ਕੋਈ ਕੋਈ ਕ੍ਰਾਈਮ ਕਰ ਦਿੰਦਾ ਤਾਂ ਆਪਾਂ ਉਸ ਤੋਂ ਸੇਫ ਰਵਾਂਗੇ ਕਿ ਆਪਣੇ 'ਤੇ ਕੋਈ ਗੱਲ ਐਕਸ਼ਨ ਨਹੀਂ ਆਏਗਾ ਕੱਲ੍ਹ ਨੂੰ ਕੋਈ ਜਾਣੇ ਮੈਨੂੰ ਬੁਲੇਟ ਦੇ ਦਿਓ ਮੇਰਾ ਉਹ ਸਾਹਮਣੇ ਜੀ ਸੋਹਾਣਾ ਪੁਲਿਸ ਸਟੇਸ਼ਨ ਇੱਥੇ ਜਾ ਕੇ ਪਹਿਲਾਂ ਰਿਪੋਰਟ ਲਿਖਾ ਦਈਏ ਦਿਖਾਤੀ ਮੈਂ ਦਰਖਾਸਤ ਇੱਥੇ ਜਿਹੜੇ ਬੈਠੇ ਸਨ ਉਹਨਾਂ ਨੂੰ ਸਾਰੀ ਦੱਸੀ ਵੀ ਕਿਤੇ ਕਿਤੇ ਮੋਟਰਸਾਈਕਲ ਖੜ੍ਹਾ ਸੀ ਕਿਤੇ ਕਿਤੇ ਵੱਡਾ ਭਰਾ ਲੈ ਕੇ ਆਇਆ ਸੀ ਇੱਦਾਂ ਦਾ ਕਰਕੇ ਉਹ ਕਹਿੰਦੇ ਵੀ ਚਲੋ ਨੰਬਰ ਨੰਬਰ ਨੋਟ ਕਰ ਲਿਆ ਜੋ ਵੀ ਹਿਸਾਬ ਕਿਤਾਬ ਸੀ ਅਤੇ ਮੇਨਲੀ ਤਾਂ ਉਹਨਾਂ ਨੇ ਵੀ ਇਹੀ ਗੱਲ ਕੀ ਵੀ ਲੱਭਣੇ ਬੜੇ ਔਖੇ ਨੇ ਮੋਟਰਸਾਈਕਲਾਂ ਦੀ ਦਰਖਾਸਤਾਂ ਬਹੁਤ ਜ਼ਿਆਦਾ ਆਈਆਂ ਹੋਈਆਂ ਇਹਨਾਂ ਕੋਲ ਡੇਲੀ ਦੀਆਂ 8-10 ਦਰਖਾਸਤਾਂ ਸਿਰਫ ਮੋਟਰਸਾਈਕਲ ਦੀਆਂ ਹੁੰਦੀਆਂ ਨੇ ਅਤੇ ਚਲੋ ਇਹ ਗੱਲ ਫਿਰ ਮੈਂ ਇਹਨਾਂ ਨਾਲ ਕੀਤੀ ਵੀ ਘੱਟੋ ਘੱਟ ਜੇ ਕੋਈ ਕ੍ਰਾਈਮ ਹੁੰਦਾ ਵੀ ਆਈ ਐਮ ਸੇਫ ਵੀ ਆਪਾਂ ਸੇਫ ਹਾਂ ਕੋਈ ਇਹ ਨਹੀਂ ਹੁੰਦਾ ਵੀ ਆਪਣਾ ਨਾਮ ਨਹੀਂ ਆਏਗਾ ਕੋਈ ਹੋਣਾ ਸੀ ਜੋ ਲਿਖ ਕਹਿੰਦੇ ਨੇ ਨਾ ਇਹ ਕੋਈ ਕਰਮਾਂ ਦਾ ਲਿਖਿਆ ਹੋਣਾ ਨਿਕਲਣਾ ਹੋਣਾ ਨਿਕਲ ਗਿਆ ਚਲੋ ਪਰਮਾਤਮਾ ਉਹਦਾ ਵੀ ਭਲਾ ਕਰੇ ਜਿਹਨੇ ਚੱਕਿਆ ਉਹਨੂੰ ਪਤਾ ਨਹੀਂ ਕੀ ਮਜਬੂਰੀ ਹੋਣੀ ਚੋਰੀ ਕਰਨ ਦੀ ਭਲਾ ਹੋਵੇ ਯਾਰ ਉਹਦਾ ਵੀ ਕੀ ਕਹਿ ਸਕਦੇ ਆਪਾਂ ਹੋਰ ਤਾਂ ਕੁਛ ਨਹੀਂ ਕਰ ਸਕਦੇ ਚਲੀ ਫਿਰ ਘਰ ਚਲੀ ਹੁਣ ਬੜੇ ਸੀਸੀਟੀਵੀ ਖੰਘਾਲ ਲਏ ਉਹਨਾਂ ਨੇ ਵਿਚਾਰਿਆਂ ਜਿਹਨਾਂ ਨੇ ਹੈਲਪ ਕੀਤੀ ਦੇ ਵਰ ਰੀਅਲੀ ਵੈਰੀ ਨਾਈਸ ਕਿਹਨਾਂ ਨੇ ਮਦਦ ਕੀਤੀ ਵੀ ਆਪਣੇ ਉਹਨਾਂ ਨੇ ਜਿਹਨਾਂ ਦੇ ਘਰ ਗਏ ਸੀ ਉਹ ਕਹਿੰਦੇ ਜੇ ਫਿਰ ਵੀ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਵਾਲੇ ਆਉਣ ਨੂੰ ਦੱਸ ਦਿਓ ਕਿ ਜੇ ਉਹ ਕੋਈ ਵੀ ਚੈੱਕ ਕਰਨਾ ਚਾਹਣਗੇ ਵੀ ਆਰ ਆਲਵੇਜ਼ ਦੇਅਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਹੈਲਪ ਕਰਾਂਗੇ ਆਪਾਂ ਆ ਤਾਂ ਗਿਆ ਜੀ ਵਾਪਸ ਕਲਾਸ ਵੀ ਲਗਾ ਲਈ ਥਾਣੇ 'ਚ ਰਿਪੋਰਟ ਵੀ ਕਰਤੀ ਵੱਡੇ ਵੀਰੇ ਦਾ ਫੋਨ ਆਇਆ ਹੁਣੇ ਹੀ ਕਹਿੰਦਾ ਜੋ ਜਾ ਆਇਆ ਦੁਬਾਰਾ ਦੇਖ ਆ ਉੱਥੇ ਕਈ ਵਾਰ ਐਵੇਂ ਹੁੰਦਾ ਬੰਦਾ ਕੋਈ ਖੜਾ ਕਰ ਜਾਂਦਾ ਉੱਥੇ ਦਾ ਮੈਂ ਕਿਹਾ ਹੁਣ ਥੋੜ੍ਹੀ ਕੋਈ ਖੜੀ ਕਰੂ ਕਹਿਣਾ ਜਿਹਨੇ ਲੈ ਕੇ ਜਾਣੀ ਸੀ ਤਾਂ ਜ਼ਿਆਦਾ ਲੈ ਕੇ ਨਹੀਂ ਜਾਂਦਾ ਵੀ ਹੁਣ ਨਹੀਂ ਕੋਈ ਖੜਾ ਕਰਦਾ ਉੱਥੇ ਆ ਕੇ ਬਾਈਕ ਨੂੰ ਚਲੋ ਕੋਈ ਗੱਲ ਨਹੀਂ ਹੈ ਨਾ ਪਹਿਲਾਂ ਇੱਥੇ ਮੈਂ ਰੱਖੀ ਹੋਈ ਸੀ ਬਾਈਕ ਉਹ ਕਿਉਂਕਿ ਮੈਂ ਚਲਾਉਂਦਾ ਘੱਟ ਸੀ ਪਰ ਹੁੰਦੀ ਹੈ ਤਾਂ ਘਰ ਦੀ ਚੀਜ਼ ਹੈ ਅਤੇ ਫਿਰ ਪਿੰਡ ਖੜੀ ਕਰਤੀ ਸੀ ਉਹਨੂੰ ਵੀਰਾ ਵੀ ਘੱਟ ਹੀ ਚਲਾਉਂਦਾ ਸੀ ਹੈ ਨਾ ਮਤਲਬ ਬਹੁਤ ਰੇਅਰ ਪਤਾ ਨਹੀਂ ਅੱਜ ਕਿਵੇਂ ਵੀਰਾ ਦਾ ਦਿਮਾਗ ਕੰਮ ਕਰ ਗਿਆ ਹੈ ਨਾ ਵੀ ਉਹ ਰਾਜਪੁਰੇ ਤੱਕ ਆਇਆ ਸੀ ਆਪਣੇ ਕਿਸੇ ਦੋਸਤ ਨਾਲ ਫਿਰ ਇੱਥੇ ਮੇਰੇ ਵੀਰੇ ਦਾ ਕੋਈ ਦੋਸਤ ਹੈ ਕੱਲ੍ਹ ਚੱਲਿਆ ਬਾਹਰ ਚੱਲਿਆ ਅਤੇ ਉਹਨੇ ਫੋਨ ਕਰਤਾ ਵੀਰਾ ਫਿਰ ਜਿੱਦਾਂ ਖੜਾ ਸੀ ਉਵੇਂ ਹੀ ਇੱਧਰ ਆ ਗਿਆ ਰਾਜਪੁਰੇ ਤੋਂ ਪਟਿਆਲੇ ਨੂੰ ਇੱਧਰ ਮੋਹਾਲੀ ਨੂੰ ਉਹਨੂੰ ਮਿਲਣ ਲੱਗਿਆ ਅਤੇ ਪਤਾ ਨਹੀਂ ਕੀ ਕਰਨ ਗਿਆ ਕਚਹਿਰੀਆਂ ਕਚੂਰੀਆਂ ਮੈਨੂੰ ਨਹੀਂ ਪਤਾ ਜਾਂ ਉਹਦਾ ਕੋਈ ਕੰਮ ਹੋਣਾ ਕੋਈ ਡਾਕੂਮੈਂਟ ਡੂਕੂਮੈਂਟ ਦਾ ਬਾਹਰੋਂ ਪਤਾ ਨਹੀਂ ਕਿਵੇਂ ਸੀ ਬਾਹਰ ਆਇਆ ਕਹਿੰਦਾ ਹੈ ਹੀ ਨਹੀਂ ਬਾਈਕ ਚਲੋ ਜੋ ਹੋਣਾ ਸੀ ਹੁਣ ਹੋ ਗਿਆ ਕਿਰਨ ਬੜੀ ਉਦਾਸ ਹੈ ਬਾਈਕ ਦੇ ਚੱਕਰ 'ਚ ਕਿਉਂ ਕਿਰਨ ਵੈਸੇ ਕਿਉਂ ਉਦਾਸ ਹੋਊਗੀ ਹੈ ਉਦਾਸ ਕੁਛ ਨਹੀਂ ਕਰ ਸਕਦੇ ਹੋ ਵੀ ਜਾਏ ਆਪਾਂ ਸੀਸੀਟੀਵੀ ਵੇਖ ਕੋਈ ਫਾਇਦਾ ਨਹੀਂ ਆ ਕਿਉਂਕਿ ਪੁਲਿਸ ਵਾਲੇ ਕਹਿੰਦੇ ਆ ਮੋਟਰਸਾਈਕਲ ਵਗੈਰਾ ਨਹੀਂ ਲੱਭਦੇ ਹੈਗੇ ਕਿਉਂਕਿ ਜਿਹੜੇ ਹੁੰਦੇ ਨੇ ਮਤਲਬ ਜਿਹੜੇ ਚੋਰੀ ਕਰਦੇ ਚਾਸੀ ਨੰਬਰ ਸਾਰਾ ਕੁਛ ਮਤਲਬ ਖਤਮ ਕਰ ਦਿੰਦੇ ਨੇ ਉਹਦਾ ਹੁਲੀਆ ਹੀ ਬਦਲ ਬੁਦਲ ਦਿੱਤੇ ਤੁਹਾਨੂੰ ਤੁਹਾਡੇ ਲਾਗੂ ਦੀ ਲੰਘ ਕੇ ਵੀ ਚਲ ਜੂਗੀ ਤਾਂ ਵੀ ਨਹੀਂ ਪਤਾ ਲੱਗੂਗਾ ਵੀ ਤੁਹਾਡੀ ਬਾਈਕ ਵਾ ਇਹ ਤਾਂ ਗੱਲ ਸਹੀ ਹੈ ਨੰਬਰ ਚੇਂਜ ਕਰ ਦੇਣਗੇ ਪਹਿਲੀ ਗੱਲ ਤਾਂ ਨੰਬਰ ਪਲੇਟ ਬਦਲ ਦੇਣਗੇ ਹੁਣ ਸੜਕ ਦੇ ਉੱਪਰ ਕੋਈ ਬਾਈਕ ਜਾ ਰਹੀ ਆਪਾਂ ਨੂੰ ਥੋੜ੍ਹੀ ਪਤਾ ਵੀ ਕਿਹੜੀ ਹੈ ਹੈ ਨਾ ਜਦੋਂ ਤੱਕ ਉਹ ਬਾਈਕ ਕੋਈ ਰੂਲ ਨਹੀਂ ਤੋੜਦੀ ਉਹ ਬਾਈਕ ਕੋਈ ਵਾਰਦਾਤ ਨਹੀਂ ਕਰਦੀ ਫੜੀ ਨਹੀਂ ਜਾਂਦੀ ਉਦੋਂ ਤੱਕ ਕੋਈ ਟਰੈਕ ਨਹੀਂ ਕਰ ਸਕਦਾ ਉਸਨੂੰ ਸੜਕ 'ਤੇ ਜਾ ਰਹੀ ਹੈ ਨੰਬਰ ਚੇਂਜ ਕੀਤਾ ਹੋਇਆ 84 ਨੰਬਰ ਕਹਿੰਦੇ ਪੁਲਿਸ ਵਾਲਾ ਕਹਿੰਦਾ ਵੀ ਉਹ ਪੇਚਕਸ ਜਾਂ ਮਾਰ ਕੇ 84 ਨੰਬਰ ਵੀ ਉਡਾ ਦਿੰਦੇ ਨੇ ਪਤਾ ਨਹੀਂ ਲੱਗਦਾ ਸਭ ਕੁਛ ਤੋਂ ਸੜਕ ਦੇ ਉੱਪਰ ਜਾ ਰਹੀ ਕਿਰਨ ਨੇ ਸਹੀ ਕਿਹਾ ਕਲਰ ਕੁਲਰ ਚੇਂਜ ਕਰ ਦਿੰਦੇ ਨੇ ਹੁਲੀਆ ਵਿਗਾੜ ਦਿੰਦੇ ਨੇ ਤੁਸੀਂ ਗੈਸ ਹੀ ਨਹੀਂ ਕਰ ਸਕਦੇ ਤੁਹਾਡੀ ਬਾਈਕ ਹੈ ਚੋਰ ਬਾਜ਼ਾਰ 'ਚ ਵੇਚਤੀ ਮੈਨੂੰ ਉਹਦੀ ਕੋਈ ਚੱਕਰ ਨਹੀਂ ਹੈ ਯਾਰ ਕਿਰਨ ਚਲੋ
मैं पहला भी गल की ना निकलना हुआ वा की पता कुछ होना अपना कर्मा च लिखा दुखा होना जाना होना चला गया चला गया। ये भी अपना परमात्मा का शुक्र करते हैं कोई वड्डी वारदात तो अपना बच गए कोई छोटी जी कष्ट टल गया। मेन थिंग है भी जो कोई क्राइम करता है बंदा अपना सेफ हाँ कल साडे परिवार से किसी तरह की आँच नहीं आ सकती आप क्योंकि रिपोर्ट की है। जेकर दोस्तों तुहाडा भी कदे कोई समान चोरी होया तो जरूर दस्यो है ना खास करके बाइक क्योंकि याद है जो जलंधर गए थे ना याद है भाजी दस रहे थे गड्डी चोरी हो गई थी उन्होंने ते भाजी के जीजा जी की मतलब मेरे जीजा जी के जीजा जी की गड्डी चोरी हो गई सी पता नहीं सफारी सी तो वह चोरी हो गई सी फिर उन्होंने तो मिल गई सी इंश्योरेंस क्योंकि अपनी इंश्योरेंस भी थर्ड गड्डिया तो मिल जाती थर्ड पार्टी इंश्योरेंस ही उन्होंने गड्डी इंश्योरेंस के पैसे मिल गए ना गड्डी मोटरसाइकिल की अपना फुल इंश्योरेंस कराते नहीं क्योंकि चार पांच साल पुरानी सी थोड़े दिन पहला खबर ही आई क्रेटा चोरी करके लै गई पता नहीं हरियाणा की खबर सी शायद मतलब सेफ्टी नहीं आया सोसाइटी अपनी सेफ ने सोसाइटियां च रहना ठीक रहिंदा यार। मिलते हैं दोस्तों तुहानू कल एक नवे ब्लॉग दे विच कल दुशहरा सैलीब्रेट करना है चलो आपां मूड क्यों खराब करी दुशहरा मनावांगे कल इंजॉय करांगे साडे नाल मनायो नाल किरण नूं किते लै जांगे झूठे झाड़े दिवाले आवांगे तां जा के झूठे हैं वासियां मरी जांदे ओ मैं नहीं झूठे थक गया नहीं दारी हुण जाओ सो जाओ बाय 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 मिलते हैं कल दुशहरे।